ਇੱਕ ਪੈਕੇਜ ਮੈਂ ਵੀ ਦੇ ਰਿਹਾ ਰਮਜ਼ਾਨ ਸ਼ਰੀਫ ਦੇ ਰੋਜ਼ੇ ਰੱਖੜੇ ਕਮ ਅਜ਼ ਕਮ ਜਿਹੜੇ ਕੁਰਾਨ ਪੜ੍ਹੇ ਇੱਕ ਵਾਰ ਪੂਰੇ ਕੁਰਾਨ ਮਜੀਦ ਦੀ ਤਿਲਾਵਤ ਕਰਨੀ ਕਮ ਅਜ਼ ਕਮ ਰੋਜ਼ਾਨਾ ਹਰ ਨਮਾਜ਼ ਦੇ ਨਾਲ ਇੱਕ ਨਮਾਜ਼ ਕਜ਼ਾ ਕਰਨੀ ਪਿਛਲੀ ਸਵੇਰ ਦੀ ਨਮਾਜ਼ ਜਦੋਂ ਆਓ ਸੁਨਤਾ ਪੜ੍ਹੋ ਸੁਨਤਾ ਪੜ੍ਹਨ ਤੋਂ ਬਾਅਦ ਦੋ ਰਕਤ ਨਮਾਜ਼ ਫਰਜ਼ ਫਜਰ ਮੇਰੀ ਜ਼ਿੰਦਗੀ ਦੀ ਜਿਹੜੀ ਪਹਿਲੀ ਕਜ਼ਾ ਹੋਈ ਮੂੰਹ ਕਿਬਲੇ ਸ਼ਰੀਫ ਦੀ ਅੱਲਾਹ ਅਕਬਰ ਕਿਉਂ ਜੀ ਮੇਰੀ ਜ਼ਿੰਦਗੀ ਦੀ ਪਹਿਲੀ ਜਿਹੜੀ ਕਜ਼ਾ ਹੋਈ ਫਿਰ ਜ਼ੋਰ ਜੇ ਚਾਰ ਰਕਤ ਨਮਾਜ਼ ਫਰਜ਼ ਜ਼ੋਰ ਮੇਰੀ ਜ਼ਿੰਦਗੀ ਜਿਹੜੀ ਪਹਿਲੀ ਜ਼ੋਰ ਕਜ਼ਾ ਹੋਈ ਮੂੰਹ ਕਿਬਲੇ ਸ਼ਰੀਫ ਦੀ ਅੱਲਾਹ ਅਕਬਰ ਫਿਰ ਅਸਰ ਦਾ ਟਾਈਮ ਹੋਵੇ ਚਾਰ ਰਕਤ ਨਮਾਜ਼ ਫਰਜ਼ ਅਸਰ ਜਿਹੜੀ ਮੇਰੀ ਜ਼ਿੰਦਗੀ ਦੀ ਪਹਿਲੀ ਕਜ਼ਾ ਹੋਈ ਮੂੰਹ ਕਿਬਲੇ ਸ਼ਰੀਫ ਦੀ ਅੱਲਾਹ ਅਕਬਰ ਫਿਰ ਮਗਰਬ ਦੀ ਚਾਰ ਤਰੇ ਰਕਤ ਨਮਾਜ਼ ਫਰਜ਼ ਮੇਰੀ ਜ਼ਿੰਦਗੀ ਦੀ ਜਿਹੜੀ ਪਹਿਲੀ ਮਗਰਬ ਕਜ਼ਾ ਹੋਈ ਮੂੰਹ ਕਿਬਲੇ ਸ਼ਰੀਫ ਦੀ ਅੱਲਾਹ ਅਕਬਰ ਇਸ਼ਾ ਦੀ ਫਿਰ ਚਾਰ ਰਕਤ ਨਮਾਜ਼ ਫਰਜ਼ ਇਸ਼ਾ ਮੇਰੀ ਜ਼ਿੰਦਗੀ ਦੀ ਜਿਹੜੀ ਪਹਿਲੀ ਕਜ਼ਾ ਹੋਈ ਤਰੇ ਰਕਤ ਨਮਾਜ਼ ਵਿਤਰ ਜਿਹੜੀ ਮੇਰੀ ਜ਼ਿੰਦਗੀ ਦੇ ਪਹਿਲੇ ਕਜ਼ਾ ਹੋਏ ਮੂੰਹ ਕਿਬਲੇ ਸ਼ਰੀਫ ਦੀ ਅੱਲਾਹ ਅਕਬਰ ਦੂਸਰੇ ਦਿਨ ਫਿਰ ਪਹਿਲੀ ਜ਼ਿੰਦਗੀ ਪਹਿਲੀ ਉਹ ਪਹਿਲੀ ਵਾਲੀ ਤਾਂ ਖਤਮ ਹੋ ਗਈ ਨਾ ਪਹਿਲੀ ਹੁਣ ਦੂਸਰੇ ਨੰਬਰ ਵਾਲੀ ਪਹਿਲੀ ਫਿਰ ਤੀਸਰੇ ਵਾਲੀ ਫਿਰ ਚੌਥੇ ਵਾਲੀ ਫਿਰ ਸੌਵੇਂ ਵਾਲੀ ਫਿਰ ਹਜ਼ਾਰਵੇਂ ਵਾਲੀ ਇਹ ਸਾਰੀਆਂ ਪਹਿਲੀਆਂ ਕਰਕੇ ਕਜ਼ਾ ਸ਼ੁਰੂ ਕਰ ਦਿੰਦੇ ਹਾਂਜੀ ਆਲਾ ਹਜ਼ਰਤ ਬਰੇਲਵੀ ਫਰਮਾਉਂਦੇ ਨੇ ਜਿਹੜਾ ਬੰਦਾ ਇਹ ਕੰਮ ਕਰਦਿਆਂ ਦੁਨੀਆਂ ਤੋਂ ਚਲਾ ਗਿਆ ਨਾ ਉਹਦੀਆਂ ਜਿਹੜੀਆਂ ਨਮਾਜ਼ਾਂ ਰਹਿ ਗਈਆਂ ਨਾ ਅੱਲਾਹ ਉਹਦੇ ਕੋਲੋਂ ਫਿਰ ਨਹੀਂ ਪੁੱਛੇ ਉਹ ਕਹੇਗਾ ਯਾ ਅੱਲਾਹ ਮੈਂ ਤਾਂ ਸ਼ੁਰੂ ਕਰ ਦਿੱਤੀ ਸੀ ਨਾ ਮੈਂ ਤਾਂ ਕਜ਼ਾਵਾਂ ਸ਼ੁਰੂ ਕਰ ਦਿੱਤੀਆਂ ਤੂੰ ਮੈਨੂੰ ਮੌਲਤ 'ਚ ਨਹੀਂ ਦਿੱਤੀ ਮੌਲਤ ਦੇ ਦਾ ਤਾਂ ਮੈਂ ਕਜ਼ਾ ਕਰ ਦੇਣੀ ਸੀ ਹਾਂਜੀ ਮੈਂ ਉਧਰੇ ਕੋਲ ਮੌਤ ਫਕਤ ਵਕ ਹਾਜ਼ਰੂ ਅੱਲਾਹ ਆਲਾ ਹਜ਼ਰਤ ਨੇ ਕੁਰਾਨ ਦੀ ਇਸ ਐਤ ਤੋਂ ਇਸਤਦਲਾਲ ਕੀਤਾ ਫਰਮਾਇਆ ਜਿਹੜਾ ਆਦਮੀ ਹਿਜਰਤ ਕਰਕੇ ਚੱਲ ਪਵੇ ਅਤੇ ਰਸਤੇ 'ਚ ਉਹਨੂੰ ਮੌਤ ਆ ਜਾਏ ਤਾਂ ਅੱਲਾਹ ਉਹਨੂੰ ਫਿਰ ਪੂਰਾ ਅਜਰ ਦੇਗਾ ਹਿਜਰਤ ਦਾ ਅਤੇ ਆਲਾ ਹਜ਼ਰਤ ਫਰਮਾਉਂਦੇ ਜਿਹੜਾ ਕੰਮ ਸ਼ੁਰੂ ਕਰ ਦੇਵੇ ਪੂਰਾ ਨਾ ਕਰ ਸਕੇ ਤਾਂ ਅੱਲਾਹ ਉਹਨੂੰ ਪੂਰਾ ਅਜਰ ਅਤਾ ਫਰਮਾਏ ਲਓ ਜੀ ਇੱਕ ਪੈਕੇਜ ਮੈਂ ਵੀ ਤੁਹਾਨੂੰ ਦਿੱਤਾ ਆਪਣੀ ਜ਼ਿੰਦਗੀਆਂ ਦੀਆਂ ਨਮਾਜ਼ਾਂ ਕਜ਼ਾ ਕਰਨੀਆਂ ਸ਼ੁਰੂ ਕਰੋ ਕੁਝ ਵੀ ਨਹੀਂ ਹੋਣਾ ਬਸ ਤੁਸੀਂ ਕਰਦੇ ਰਹਿਣਾ ਮਾਲਿਕ ਕੇ ਕਬੂਲ ਕਰ ਲਵੇ ਜੇ ਇਸ ਦੌਰਾਨ ਦੁਨੀਆ ਤੋਂ ਜਾਣਾ ਪੈ ਗਿਆ ਤਾਂ ਮਾਲਿਕ ਜਾਣੇ ਕੰਮ ਜਾਣੋ ਤਾਂ ਗਫੂਰ ਰਹੀਮ ਹੈ ਅਤੇ ਦੂਸਰਾ ਇਹ ਕਿ ਭਾਈ ਭੈੜੇ ਕੰਮ ਛੱਡ ਦਿਓ ਕਿਹੜਾ ਕਿਹੜਾ ਬੰਦਾ ਜਿਹੜਾ ਰਮਜ਼ਾਨ 'ਚ ਫਿਲਮਾਂ ਨਹੀਂ ਵੇਖੇ ਰਮਜ਼ਾਨ 'ਚ ਜਦੋਂ ਫਿਲਮਾਂ ਛੁੱਟ ਗਈਆਂ ਫਿਰ ਇਹਦਾ ਵੀ ਛੁੱਟ ਜਾਣਗੀਆਂ ਕਿਹੜਾ ਬੰਦਾ ਜਿਹੜਾ ਡਰਾਮੇ ਵੇਖਣਾ ਛੱਡ ਦੇ ਉਹ ਵੀ ਆਪਣੇ ਦਿਲ 'ਤੇ ਹੱਥ ਰੱਖ ਕੇ ਮੈਂ ਤੁਹਾਡੇ ਕੋਲ ਨਾ ਹਲਫ ਲੈਣਾ ਨਾ ਆਪਣੇ ਅੱਲਾਹ ਕੋਲੋਂ ਮੈਂ ਦੁਆ ਮੰਗਦਾ ਕਿ ਅੱਲਾਹ ਇਹਨਾਂ ਨੂੰ ਤੌਫੀਕ ਦੇ ਕਿਹੜਾ ਬੰਦਾ ਜਿਹੜਾ ਆਦਮੀ ਸੂਰਾ ਯਾਸੀਨ ਯਾਦ ਕਰੇਗਾ ਉਹ ਵੀ ਕਿਹੜਾ ਬੰਦਾ ਜਿਹੜਾ ਸੂਰਾ ਮੁਲਕ ਯਾਦ ਕਰੇਗਾ ਕਿਹੜਾ ਬੰਦਾ ਜਿਹੜਾ ਕਮ ਅਜ਼ ਕਮ ਰਿਆਜ਼ੁਲ ਸਾਲਿਹੀਨ ਹਦੀਸ ਦੀ ਕਿਤਾਬ ਆਪਣੇ ਘਰ ਰੱਖੇਗਾ ਇੱਕ ਹਦੀਸ ਦੀ ਕਿਤਾਬ ਰਿਆਜ਼ੁਲ ਸਾਲਿਹੀਨ ਇਹ ਆਪਣੇ ਘਰ ਤਰਜਮੇ ਵਾਲੀ ਰੱਖੋ ਹਾਂ ਇਹ ਆਪਣੇ ਬਦਲੋ ਤੁਸੀਂ ਮੈਂ ਵੀ ਪੈਕੇਜ ਦੇਣਾ ਨਾ ਆਖਿਰ ਉਹਨਾਂ ਵੀ ਪੈਕੇਜ ਦਿੱਤਾ ਹੈ ਉਹਨਾਂ ਪਰਚੀ ਵਾਸਤੇ ਦਿੱਤਾ ਹੈ ਮੈਂ ਰਸੂਲੁੱਲਾ ਦੇ ਦੀਨ ਵਾਸਤੇ ਹਾਂ ਤਵੱਜੋ ਅਤੇ ਹਰ ਜਗ੍ਹਾ ਕੁਰਾਨ ਦੀ ਗੱਲ ਕਰੋ ਇਹਨਾਂ ਕੁਰਾਨ ਨੂੰ ਨਿਸਾਬ ਵਿੱਚੋਂ ਕੱਢਿਆ ਤੁਸੀਂ ਹਰ ਜਗ੍ਹਾ ਗੱਲ ਕਰੋ ਇਹਨਾਂ ਮੁਮਤਾਜ਼ ਕਾਦਰੀਆ ਫੱਟੇ ਲਾਇਆ ਇਹ ਵੀ ਪੈਕੇਜ ਹੈ ਜਿੱਥੇ ਬੈਠੋ ਉਹਨਾਂ ਕਿਹਾ ਮੁਮਤਾਜ਼ ਕਾਦਰੀ ਜ਼ਿੰਦਾਬਾਦ ਇਸਲਾਮ ਜ਼ਿੰਦਾਬਾਦ ਪਾਕਿਸਤਾਨ ਦਾ ਮਤਲਬ ਕਿਆ ਜਿੱਥੇ ਬੈਠੋ ਹਜ਼ੂਰ ਦਾ ਜ਼ਿਕਰ ਛੇੜੋ ਕਹਿੰਦੇ ਯਾਰ ਉਹ ਮੈਂ ਮੌਲਾਨਾ ਕੋਲੋਂ ਸੁਣਿਆ ਕਮਾਲ ਹੋ ਗਈ ਜੀ ਨਬੀ ਅਲੈਹਿ ਸਲਾਤੁ ਵਸਲਾਮ ਦਾ ਚਿਹਰਾ ਅਨਵਰ ਸਾਹਬਾ ਕਹਿੰਦੇ ਐਵੇਂ ਪਤਾ ਲੱਗਦਾ ਸੀ ਜਿਵੇਂ ਹੁਣੇ ਸੂਰਜ ਚੜਿਆ ਕਮਾਲ ਵਾਲੀ ਬਾਤ ਉਹ ਜੀ ਕਮਾਲ ਹੋ ਗਈ ਜੀ ਹਜ਼ੂਰ ਜਿਸ ਗਲੀ 'ਚੋਂ ਗੁਜ਼ਰ ਜਾਂਦੇ ਸਨ ਖੁਸ਼ਬੂਆਂ ਦੀ ਜੀ ਕਮਾਲ ਹੋ ਗਈ ਜਨਾਬ ਜਿਹਨਾਂ ਹਜ਼ੂਰ ਨਾਲ ਇੱਕ ਵਾਰੀ ਮੁਸਾਫਾ ਲਿਆ ਉਹ ਕਈ ਸਦੀਆਂ ਬਾਅਦ ਵੀ ਉਹਨਾਂ ਕੋਲ ਖੁਸ਼ਬੂ ਆਉਂਦੀ ਰਹੀ ਜਨਾਬ ਉਹ ਕਮਾਲ ਹੈ ਜੀ ਜਿਹਨਾਂ ਹਜ਼ੂਰ ਦਾ ਪਿਸ਼ਾਬ ਮੁਬਾਰਕ ਪੀ ਲਿਆ ਉਹਨਾਂ ਦੇ ਖਾਨਦਾਨ ਨੇ ਢਿੱਡ 'ਚ ਤਰਦੀ ਕਿਸੇ ਨੂੰ ਨਹੀਂ ਪਿਆ ਜਨਾਬ ਇਸ ਤਰ੍ਹਾਂ ਦੀ ਗੱਲ ਕਰੋ ਅਤੇ ਤਾਂ ਹਜ਼ੂਰ ਦੇ ਦੀਨ ਦੀ ਗੱਲ ਹੋਣੀ ਅੱਲਾਹ ਤਾਲਾ ਮੁਝੇ ਵੀ ਔਰ ਆਪਕੋ ਵੀ ਹਜ਼ੂਰ ਕੀ ਮੁਹੱਬਤ ਅਤਾ ਫਰਮਾਏ ਹੁਣ ਰਮਜ਼ਾਨ ਸ਼ਰੀਫ ਅੱਜ ਹੋਵੇ ਜਾਂ ਕੱਲ੍ਹ ਹੋਵੇ ਤਕੜੇ ਹੋ ਕੇ ਚੰਗੀ ਕਮਰ ਕੱਸ ਲੈਣੀ ਬਈ ਮੈਂ ਤਰਾਵੀਆਂ ਵੀ ਪੜ੍ਹਨੀਆਂ ਕੁਰਾਨ ਵੀ ਪੜ੍ਹਨਾ ਰਹੇਗਾ ਯੂੰ ਹੀ ਉਨਕਾ।